ਓਸ਼ੋ ਦਾ ਲੈਕਚਰ ਹੈ ਉੱਨਤੀ ਦੀ ਚਾਹ ਨੂੰ ਦੂਰ ਕਰੋ। ਫੁੱਲ ਵਾਂਗ ਖਿੜੋ ਤੇ ਵਿਕਸਿਤ ਹੋਵੋ। ਫੁੱਲ ਨੂੰ ਆਪਣੇ ਖਿੜਨ ਦਾ ਭਾਸ ਵੀ ਨਹੀਂ ਹੁੰਦਾ। ਕਲੀ ਕਦ ਫੁੱਲ ਬਣ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ, ਪਰ ਉਹ ਆਪਣੀ ਆਤਮਾ ਨੂੰ ਹਵਾ ਦੇ ਸਾਹਮਣੇ ਖੋਲ੍ਹ ਦੇਣ ਲਈ ਤਾਂਗਵਾਨ ਰਹਿੰਦਾ ਹੈ। ਕਲੀ ਸਿਰਫ ਚਾਹਵਾਨ ਹੁੰਦੀ ਹੈ ਖਿੜਨ ਨੂੰ, ਖਿੜਨ ਦੀ ਕੋਈ ਚੇਸ਼ਟਾ ਨਹੀਂ ਕਰਦੀ। ਕੋਈ ਵਰਜਿਸ਼, ਕੋਈ ਪ੍ਰਾਣਾਯਾਮ, ਕੋਈ ਯੋਗਾਸਨ, ਕਲੀ ਕੁਝ ਵੀ ਨਹੀਂ ਕਰਦੀ। ਕਲੀ ਸਿਰਫ ਤਾਂਗਵਾਨ ਹੁੰਦੀ ਹੈ, ਸਿਰਫ ਪਿਆਸੀ ਹੁੰਦੀ ਹੈ। ਉਹਦੇ ਅੰਦਰ ਜੋ ਮਹਿਕ ਹੈ ਉਹ ਹਵਾਵਾਂ 'ਚ ਖਿਲਰ ਜਾਏ, ਉਹ ਤਾਂਗ ਵੀ ਚੇਸ਼ਟਾ ਨਹੀਂ ਬਣਦੀ, ਉਡੀਕ ਹੀ ਰਹਿੰਦੀ ਹੈ। ਕਲੀ ਸਿਰਫ ਉਡੀਕ ਕਰਦੀ ਹੈ ਕਿ ਸਵੇਰੇ ਸੂਰਜ ਉੱਗੇਗਾ, ਹਵਾਵਾਂ ਆਉਣਗੀਆਂ, ਕਲੀ ਫੁੱਲ ਬਣ ਜਾਏਗੀ। ਇਹ ਪਰ ਕੋਈ ਚੇਸ਼ਟਾ ਨਹੀਂ ਹੁੰਦੀ ਕਿ ਉਹ ਫੁੱਲ ਬਣ ਜਾਏ। ਕਿਸੇ ਸਕੂਲ 'ਚ ਦਾਖਲ ਹੋਵੇ, ਕਿਸੇ ਗੁਰੂ ਕੋਲ ਜਾਏ, ਕੋਈ ਉਪਾਅ ਸਿੱਖੇ, ਕੋਈ ਵਿਧੀ, ਕੋਈ ਤੰਤਰ ਮੰਤਰ, ਉਹ ਕੁਛ ਵੀ ਨਹੀਂ ਕਰਦੀ, ਉਹ ਸਿਰਫ ਉਡੀਕ ਕਰਦੀ ਹੈ। ਤੁਸੀਂ ਵੀ ਉਸੇ ਤਰ੍ਹਾਂ ਆਪਣੀ ਆਤਮਾ ਨੂੰ ਸਦੀਵੀ ਦੇ ਪ੍ਰਤੀ ਖੋਲ੍ਹ ਦਿਓ, ਪਰ ਉੱਨਤੀ ਦੀ ਚਾਹਨਾ ਨਹੀਂ, ਸਦੀਵੀ ਹੀ ਤੁਹਾਡੀ ਸ਼ਕਤੀ ਅਤੇ ਤੁਹਾਡੇ ਸੁਹੱਪਣ ਨੂੰ ਆਪਣੇ ਵੱਲ ਖਿੱਚੇ। ਇਸ ਫਰਕ ਨੂੰ ਸਮਝ ਲੈਣਾ। ਤੁਸੀਂ ਆਪਣੀ ਤਰਫੋਂ ਕੋਸ਼ਿਸ਼ ਨਾ ਕਰਨਾ ਸਦੀਵੀ ਨੂੰ ਪਾਉਣ ਦੀ, ਤੁਸੀਂ ਤਾਂ ਸਿਰਫ ਤਿਆਰੀ ਰੱਖਣੀ ਹੈ ਕਿ ਜੇ ਸਦੀਵੀ ਤੁਹਾਡੇ 'ਚ ਆਉਣਾ ਚਾਹੇ ਤਾਂ ਤੁਸੀਂ ਰੁਕਾਵਟ ਨਾ ਪਾਓ। ਤੁਸੀਂ ਤਾਂ ਸਿਰਫ ਦੁਆਰ ਖੁੱਲ੍ਹਾ ਰੱਖਣਾ ਹੈ ਕਿ ਅਜਿਹਾ ਨਾ ਹੋਵੇ ਕਿ ਸਦੀਵੀ ਤੁਹਾਡੇ ਦਰਵਾਜ਼ੇ 'ਤੇ ਦਸਤਖਤ ਦੇਵੇ ਅਤੇ ਪਾਵੇ ਕਿ ਦਰਵਾਜ਼ਾ ਤਾਂ ਬੰਦ ਹੈ। ਪਰਮਾਤਮਾ ਤੁਹਾਨੂੰ ਲੱਭਦਾ ਹੋਇਆ ਆਵੇ ਅਤੇ ਪਾਵੇ ਕਿ ਤੁਸੀਂ ਘਰੇ ਨਹੀਂ ਹੋ, ਤੁਸੀਂ ਕਿਤੇ ਗਏ ਹੋਏ ਹੋ, ਤੁਹਾਡਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਪਰਮਾਤਮਾ ਤੁਹਾਡੇ ਹਿਰਦੇ 'ਚ ਆਉਣਾ ਚਾਹੇ ਅਤੇ ਪਾਵੇ ਕਿ ਉੱਥੇ ਇੰਨੀ ਭੀੜ ਹੈ ਕਿ ਪ੍ਰਵੇਸ਼ ਦਾ ਕੋਈ ਉਪਾਅ ਨਹੀਂ, ਉੱਥੇ ਕੋਈ ਥਾਂ ਹੀ ਨਹੀਂ ਕਿ ਮਹਿਮਾਨ ਠਹਿਰ ਸਕੇ, ਉੱਥੇ ਕੋਈ ਸੱਖਣਾਪਨ ਨਹੀਂ ਹੈ ਕਿ ਪਰਮਾਤਮਾ ਪ੍ਰਵੇਸ਼ ਕਰ ਸਕੇ। ਤੁਹਾਡੇ ਦਰ ਦਰਵਾਜ਼ੇ ਬੰਦ ਹਨ, ਬਸ ਇੰਨਾ ਕੁ ਨਾ ਹੋਵੇ। ਤੁਸੀਂ ਕੋਸ਼ਿਸ਼ ਨਾ ਕਰਨਾ ਪਰਮਾਤਮਾ ਨੂੰ ਭਾਲਣ ਦੀ, ਭਾਲੋਗੇ ਵੀ ਕਿਵੇਂ? ਤੁਹਾਨੂੰ ਉਹਦਾ ਕੁਝ ਪਤਾ ਵੀ ਤਾਂ ਨਹੀਂ ਹੈ। ਤੁਸੀਂ ਉਹਨੂੰ ਭਾਲੋਗੇ ਕਿੱਥੇ? ਤੁਸੀਂ ਉਹਨੂੰ ਉੱਥੇ ਹੀ ਭਾਲੋਗੇ ਜਿਨ੍ਹਾਂ ਰਾਹਾਂ ਦਾ ਤੁਹਾਨੂੰ ਪਤਾ ਹੈ, ਅਤੇ ਉਹਨਾਂ ਰਾਹਾਂ 'ਤੇ ਤਾਂ ਤੁਸੀਂ ਉਹਨੂੰ ਪਾ ਹੀ ਲਿਆ ਹੁੰਦਾ ਜੇਕਰ ਉਹ ਹੁੰਦਾ। ਤੁਸੀਂ ਆਪਣੇ ਤੋਂ ਇਲਾਵਾ ਕਰੋਗੇ ਵੀ ਕੀ? ਤੁਸੀਂ ਜੋ ਵੀ ਕਰੋਗੇ ਉਹ ਤੁਹਾਡੀ ਹੀ ਹੱਦ 'ਚ ਬੰਦ ਹੋਏਗਾ, ਉਹ ਅਣਹੱਦ ਨਾਲ ਸੰਬੰਧ ਕਾਇਮ ਨਹੀਂ ਕਰਵਾ ਸਕੇਗਾ। ਸਦੀਵੀ ਹੀ ਤੁਹਾਡੀ ਸ਼ਕਤੀ ਅਤੇ ਤੁਹਾਡੇ ਸੁਹਾਪਣ ਨੂੰ ਆਪਣੇ ਵੱਲ ਖਿੱਚੇ, ਕਿਉਂਕਿ ਸਦੀਵੀ ਦੀ ਖਿੱਚ ਨਾਲ ਤਾਂ ਤੁਸੀਂ ਪਵਿੱਤਰਤਾ ਦੇ ਨਾਲ ਅੱਗੇ ਵਧੋਗੇ। ਪਰ ਵਿਅਕਤੀਗਤ ਉੱਨਤੀ ਦੀ ਜ਼ੋਰਦਾਰ ਕਾਮਨਾ ਤੁਹਾਨੂੰ ਸਿਰਫ ਜੜ ਅਤੇ ਕਠੋਰ ਬਣਾ ਦੇਵੇਗੀ। ਸੋ ਤੁਸੀਂ ਪਰਮਾਤਮਾ ਨੂੰ ਮੁੱਠੀ 'ਚ ਲੈਣ ਦੀ ਕੋਸ਼ਿਸ਼ ਨਾ ਕਰਨਾ। ਤੁਹਾਡੀ ਮੁੱਠੀ ਬਹੁਤ ਛੋਟੀ ਹੈ, ਤੁਹਾਡੀ ਮੁੱਠੀ 'ਚੋਂ ਨਹੀਂ ਸਮਾਏਗਾ। ਤੁਸੀਂ ਜਿੰਨੀ ਮੁੱਠੀ ਮੀਚੋਗੇ ਤੁਸੀਂ ਪਾਓਗੇ ਓਨਾ ਹੀ ਬਾਹਰ ਹੋ ਗਿਆ, ਤੁਹਾਡੀ ਮੁੱਠੀ ਖਾਲੀ ਰਹਿ ਜਾਏਗੀ। ਤੁਹਾਡੀ ਮੁੱਠੀ 'ਚ ਤੁਸੀਂ ਪਾਓਗੇ ਕਿ ਤੁਹਾਤੋਂ ਇਲਾਵਾ ਹੋਰ ਕੋਈ ਵੀ ਨਹੀਂ ਸਮਾਉਂਦਾ। ਤਾਂ ਵਿਕਾਸ ਦੇ ਦੋ ਉਪਾਅ ਹਨ। ਇੱਕ ਉਪਾਅ ਹੈ ਚੇਸ਼ਟਾ, ਸੰਕਲਪ, ਕੋਸ਼ਿਸ਼, ਯਤਨ, ਮਿਹਨਤ। ਤੁਸੀਂ ਉਹਦੇ ਮਾਲਕ ਹੁੰਦੇ ਹੋ, ਤੁਸੀਂ ਜੋ ਵੀ ਕਰਦੇ ਹੋ ਤੁਸੀਂ ਉਹਦੀ ਵਿਉਂਤ ਬਣਾਉਂਦੇ ਹੋ। ਤੁਸੀਂ ਫਿਰ ਜੋ ਵੀ ਪਾਉਂਦੇ ਹੋ ਉਹ ਤੁਹਾਡੀ ਖੇਡ ਹੁੰਦਾ ਹੈ। ਯਕੀਨਨ ਹੀ ਬਹੁਤ ਕੁਝ ਪਾਇਆ ਜਾਂਦਾ ਹੈ ਕੋਸ਼ਿਸ਼ ਨਾਲ, ਮਿਹਨਤ ਨਾਲ, ਸੰਕਲਪ ਨਾਲ, ਲੇਕਿਨ ਤੁਸੀਂ ਜੋ ਵੀ ਪਾਉਂਦੇ ਹੋ ਉਹ ਤੁਹਾਡੇ ਤੋਂ ਛੋਟਾ ਰਹਿੰਦਾ ਹੈ। ਉਹ ਜੋ ਤੁਸੀਂ ਪਾ ਲੈਂਦੇ ਹੋ ਉਸੇ ਦਾ ਨਾਂ ਸੰਸਾਰ ਹੈ। ਸੰਕਲਪ ਨਾਲ ਜੋ ਪਾਇਆ ਜਾਂਦਾ ਹੈ, ਮਿਹਨਤ ਨਾਲ ਜੋ ਪਾਇਆ ਜਾਂਦਾ ਹੈ, ਉਸੇ ਦਾ ਨਾਂ ਸੰਸਾਰ ਹੈ। ਉਸ ਵਿੱਚ ਤੁਹਾਡਾ ਹੰਕਾਰ ਬਲਵਾਨ ਹੁੰਦਾ ਹੈ, ਉਹ ਤੁਹਾਡੇ ਹੰਕਾਰ ਦੀ ਹੀ ਖੋਜ ਹੈ। ਇੱਕ ਹੋਰ ਉਪਾਅ ਹੈ ਪਾਉਣ ਦਾ, ਜੋ ਪਾਇਆ ਜਾਂਦਾ ਹੈ ਸਮਰਪਣ ਵਿੱਚ, ਛੱਡਣ ਵਿੱਚ, ਉਡੀਕ ਵਿੱਚ, ਪ੍ਰਾਰਥਨਾ ਵਿੱਚ, ਮਿਹਨਤ ਨਾਲ ਨਹੀਂ, ਵਿਸਰਾਮ ਨਾਲ। ਜਦ ਤੁਸੀਂ ਵਿਸਰਾਮ 'ਚ ਹੁੰਦੇ ਹੋ ਤਦ ਇਹ ਵਾਪਰਦਾ ਹੈ, ਤੁਸੀਂ ਜਦ ਪ੍ਰਾਰਥਨਾ 'ਚ ਹੁੰਦੇ ਹੋ ਤਦ ਉਹ ਵਾਪਰਦਾ ਹੈ, ਤੁਸੀਂ ਜਦ ਆਪਣੇ ਆਪ ਨੂੰ ਛੱਡ ਦਿੰਦੇ ਹੋ, ਚਰਨਾਂ ਵਿੱਚ ਅਰਪਿਤ ਕਰ ਦਿੰਦੇ ਹੋ ਤਦ ਵਾਪਰਦਾ ਹੈ, ਜਦ ਤੁਸੀਂ ਤੈਰਦੇ ਨਹੀਂ ਵਹਿੰਦੇ ਹੋ ਨਦੀ ਦੀ ਧਾਰ 'ਚ ਤਦ ਵਾਪਰਦਾ ਹੈ। ਤੁਹਾਤੋਂ ਨਹੀਂ ਵਾਪਰਦਾ, ਤੁਸੀਂ ਸਿਰਫ ਖੁਦ ਨੂੰ ਖੁੱਲ੍ਹਾ ਰੱਖਦੇ ਹੋ ਅਤੇ ਉਸ 'ਤੇ ਵਾਪਰਦਾ ਹੈ। ਤੁਹਾਤੋਂ ਵਿਰਾਟ ਉਹਨੂੰ ਵਰਤਾਉਂਦਾ ਹੈ, ਤੁਸੀਂ ਸਿਰਫ ਰੁਕਾਵਟ ਨਹੀਂ ਪਾਉਂਦੇ। ਅਧਿਆਤਮ ਦੀ ਖੋਜ ਮੌਲਿਕ ਰੂਪ ਨਾਲ ਯਤਨ ਨਹੀਂ ਹੈ, ਅਯਤਨ ਹੈ। ਝੇਨ ਫਕੀਰ ਨੇ ਕਿਹਾ, ਐਫਰਟਲੈਸ ਐਫਰਟ, ਯਤਨ ਰਹਿਤ ਯਤਨ। ਠੀਕ ਹੈ, ਅਭਿਆਸ ਨਹੀਂ ਹੈ, ਉਹ ਖੁਦ ਨੂੰ ਛੱਡਣਾ ਹੈ,
ਉਹਦੇ ਹੱਥਾਂ 'ਚ, ਫਿਰ ਉਹ ਜਿੱਥੇ ਲੈ ਜਾਏ, ਫਿਰ ਉਹ ਜੋ ਕਰੇ, ਫਿਰ ਉਹ ਭਾਵੇਂ ਮਿਟਾਵੇ ਭਾਵੇਂ ਬਚਾਵੇ, ਫਿਰ ਅਸੀਂ ਰਾਜ਼ੀ ਹਾਂ ਉਹਦੇ ਨਾਲ। ਅਸੀਂ ਸਿਰਫ ਤਾਂ ਗਵਾਨ ਹਾਂ ਕਿ ਉਹ ਮਿਲੇ, ਤਾਂ ਸਾਡੀ ਤਿਆਰੀ ਹੈ। ਅਸੀਂ ਰੋਕਾਂਗੇ ਨਹੀਂ, ਅਸੀਂ ਉਹਦੇ ਯਤਨ 'ਚ ਰੁਕਾਵਟ ਨਹੀਂ ਪਾਵਾਂਗੇ। ਅਸੀਂ ਇੱਕ ਲੋਹੇ ਦੇ ਟੁਕੜੇ ਦੀ ਤਰ੍ਹਾਂ ਹੋ ਜਾਵਾਂਗੇ ਤਾਂ ਜੋ ਉਹਦੀ ਚੁੰਬਕ ਖਿੱਚ ਸਕੇ। ਲੋਹੇ ਦਾ ਟੁਕੜਾ ਚੁੰਬਕ ਵੱਲ ਜਾਂਦਾ ਨਹੀਂ, ਜਾ ਨਹੀਂ ਸਕਦਾ, ਚੁੰਬਕ ਖਿੱਚਦਾ। ਲੋਹੇ ਦਾ ਟੁਕੜਾ ਸਿਰਫ ਰੁਕਾਵਟ ਨਾ ਪਾਵੇ, ਬਸ ਇੰਨਾ ਕਾਫੀ ਹੈ। ਖਿੱਚੇ ਜਾਣ ਤੋਂ ਰਾਜ਼ੀ ਹੋ ਜਾਏ, ਬਸ ਇੰਨਾ ਹੀ ਕਾਫੀ ਹੈ। ਬੁਲਾਇਆ ਜਾਏ ਤਾਂ ਦੌੜ ਪਵੇ, ਇੰਨਾ ਕਾਫੀ ਹੈ। ਆਪਣੀ ਤਰਫ ਤੋਂ ਦੌੜਨ ਦਾ ਉਪਾਅ ਵੀ ਕਿੱਥੇ ਹੈ? ਲੋਹੇ ਦੇ ਟੁਕੜੇ ਕੋਲ। ਪਰਮਾਤਮਾ ਹੈ ਸੰਸਾਰਕ ਚੁੰਬਕ, ਕੋਸਮਿਕ ਮੈਗਨੈਟ। ਤੁਸੀਂ ਲੋਹੇ ਦੇ ਟੁਕੜੇ ਵਾਂਗ ਹੋ ਜਾਓ। ਇਹ ਸੂਤਰ ਕਹਿ ਰਿਹਾ, ਤੁਸੀਂ ਚਾਹਨਾ ਨਾ ਕਰੋ ਉੱਨਤੀ ਦੀ, ਤੁਸੀਂ ਸਿਰਫ ਸਿੱਖ ਰੱਖੋ। ਤੁਸੀਂ ਮੰਗੋ ਨਾ, ਚੀਕੋ ਚਲਾਓ ਨਾ, ਵਿਉਂਤਾ ਨਾ ਬਣਾਓ। ਤੁਸੀਂ ਆਪਣੀ ਵਾਸਨਾ ਦਾ ਫੈਲਾਅ ਨਾ ਕਰੋ। ਤੁਸੀਂ ਉਹਨੂੰ ਨਾ ਦੱਸੋ ਕਿ ਉਹ ਕੀ ਕਰੇ। ਤੁਸੀਂ ਸਿਰਫ ਇੰਨਾ ਕਰੋ, ਉਹਨੂੰ ਕਹਿ ਦਿਓ ਕਿ ਜੋ ਵੀ ਕਰਨਾ ਹੈ ਕਰ, ਅਸੀਂ ਰਾਜ਼ੀ ਹਾਂ। ਤੁਹਾਡਾ ਰਾਜ਼ੀਪਣ ਹੀ ਤੁਹਾਡੀ ਸਾਧਨਾ ਹੈ ਅਤੇ ਉੱਨਤੀ ਵਾਪਰੇਗੀ। ਅਸਲ 'ਚ ਤਦੇ ਉੱਨਤੀ ਵਾਪਰੇਗੀ, ਅਜਿਹੀ ਉੱਨਤੀ ਜੋ ਤੁਹਾਤੋਂ ਵੱਧ ਹੋਏਗੀ। ਸੰਸਾਰ 'ਚ ਅਸੀਂ ਜੋ ਵੀ ਪਾ ਲਈਏ ਉਹ ਸਾਥੋਂ ਛੋਟਾ ਹੁੰਦਾ। ਅਧਿਆਤਮ 'ਚ ਜਦ ਵੀ ਕੁਝ ਪਾਇਆ ਜਾਂਦਾ ਉਹ ਹਮੇਸ਼ਾ ਵੱਡਾ ਹੁੰਦਾ। ਉਸ ਸਮੇਂ ਭਗਤ ਕਹਿੰਦੇ ਹੈ ਕਿ ਉਹਦੇ ਪ੍ਰਸਾਦ ਨਾਲ ਮਿਲਿਆ, ਸਾਡੇ ਯਤਨ ਨਾਲ ਨਹੀਂ। ਉਹਦਾ ਕਾਰਨ ਇੰਨਾ ਹੀ ਹੈ ਕਿਉਂਕਿ ਸਾਡੇ ਯਤਨ ਨਾਲ ਤਾਂ ਇੱਕ ਵੱਡਾ, ਕੁਝ ਵੱਡਾ ਮਿਲ ਹੀ ਨਹੀਂ ਸਕਦਾ। ਨਿਗੁਣਾ ਹੀ ਮਿਲੇਗਾ, ਅਸੀਂ ਨਿਗੁਣੇ ਹਾਂ। ਉਹਦੇ ਪ੍ਰਸਾਦ ਨਾਲ ਮਿਲਿਆ, ਉਹਦੀ ਕਿਰਪਾ ਨਾਲ ਮਿਲਿਆ, ਉਹਦੀ ਮਿਹਰ ਨਾਲ ਮਿਲਿਆ। ਇਹ ਜੋ ਭਗਤ ਕਹਿੰਦੇ ਹਨ ਇਸ 'ਚ ਸਾਰ ਹੈ। ਉਹ ਅਸਲ 'ਚ ਇਹ ਕਹਿ ਰਹੇ ਹਨ ਕਿ ਸਾਡੇ ਯਤਨ ਨਾਲ ਕੀ ਹੋਣ ਵਾਲਾ ਸੀ। ਉਹ ਸਾਡੇ ਯਤਨ ਨਾਲ ਨਹੀਂ ਮਿਲਿਆ, ਪਰ ਉਹਨਾਂ ਨੇ ਵੀ ਇੱਕ ਯਤਨ ਕੀਤਾ ਹੈ। ਤੁਸੀਂ ਇਹ ਨਾ ਸੋਚਣਾ ਕਿ ਤੁਹਾਨੂੰ ਵੀ ਜਦ ਮਿਲਣਾ ਹੋਏਗਾ ਮਿਲ ਜਾਏਗਾ, ਪਰ ਤੁਸੀਂ ਵੀ ਕੋਈ ਯਤਨ ਕਿੱਥੇ ਕੀਤੇ ਹਨ। ਇਸ ਗੱਲ ਤੋਂ ਤੁਸੀਂ ਇਹ ਨਾ ਸਮਝ ਲੈਣਾ ਕਿ ਤੁਸੀਂ ਕੁਝ ਵੀ ਨਹੀਂ ਕਰਨਾ, ਕਿਉਂਕਿ ਉਹ ਯਤਨ ਵੀ ਇੱਕ ਤਰ੍ਹਾਂ ਦਾ ਕਰਨਾ ਹੈ। ਉਹ ਖੁਦ ਨੂੰ ਛੱਡਣਾ ਵੀ ਇੱਕ ਕਰਮ ਹੈ, ਉਹ ਸਮਰਪਿਤ ਹੋਣਾ ਵੀ ਇੱਕ ਸਾਧਨ ਹੈ। ਤੁਸੀਂ ਇਹ ਨਾ ਸੋਚਣਾ ਕਿ ਇਹ ਫਿਰ ਠੀਕ ਹੈ। ਕਈ ਲੋਕ ਹਨ ਜਿਹੜੇ ਅਜਿਹਾ ਸੋਚ ਲੈਂਦੇ ਹਨ, ਜਿਹੜੇ ਸੋਚ ਲੈਂਦੇ ਹਨ ਕਿ ਜਦ ਸਾਡੇ ਯਤਨ ਨਾਲ ਮਿਲੇਗਾ ਹੀ ਨਹੀਂ, ਤਾਂ ਜਦ ਮਿਲਣਾ ਹੋਏਗਾ ਮਿਲ ਜਾਏਗਾ, ਤਾਂ ਫਿਰ ਅਸੀਂ ਬੈਠੇ ਹੀ ਹਾਂ। ਇਹ ਸੂਤਰ ਦਾ ਇਹ ਮਤਲਬ ਨਹੀਂ ਹੈ। ਇਸ ਸੂਤਰ ਦਾ ਮਤਲਬ ਇਹ ਹੈ ਕਿ ਤੁਹਾਡੇ ਯਤਨ ਨਾਲ ਤਾਂ ਨਹੀਂ ਮਿਲੇਗਾ, ਪਰ ਇੰਨਾ ਯਤਨ ਤੁਹਾਨੂੰ ਕਰਨਾ ਪਏਗਾ, ਇੰਨਾ ਯਤਨ ਕਿ ਤੁਸੀਂ ਕੋਈ ਰੁਕਾਵਟ ਨਾ ਪਾਓ। ਅਜੇ ਤਾਂ ਤੁਸੀਂ ਰੁਕਾਵਟਾਂ ਪਾ ਰਹੇ ਹੋ, ਅਜੇ ਤਾਂ ਤੁਸੀਂ ਪਿੱਠ ਕਰੀ ਖੜ੍ਹੇ ਹੋ। ਅਜੇ ਹਾਲਤ ਅਜਿਹੀ ਹੈ ਕਿ ਸੂਰਜ ਨਿਕਲਿਆ, ਤੁਸੀਂ ਸਭ ਪਾਸਿਆਂ ਤੋਂ ਖਿੜਕੀ ਦਰਵਾਜ਼ੇ ਬੰਦ ਕਰਕੇ ਕਮਰੇ ਦੇ ਅੰਦਰ ਬੈਠੇ ਹੋਏ ਹੋ। ਸੂਰਜ ਤੁਹਾਡੇ ਯਤਨ ਨਾਲ ਨਹੀਂ ਨਿਕਲੇਗਾ, ਅਤੇ ਨਾ ਹੀ ਤੁਹਾਡੇ ਯਤਨ ਨਾਲ ਤੁਸੀਂ ਸੂਰਜ ਨੂੰ ਘਰ ਦੇ ਅੰਦਰ ਲਿਆ ਸਕਦੇ ਹੋ। ਲੇਕਿਨ ਦਰਵਾਜ਼ਾ ਬੰਦ ਕਰ ਸਕਦੇ ਹੋ, ਘਰ ਦੇ ਬਾਹਰ ਰੋਕ ਸਕਦੇ ਹੋ। ਪਰਮਾਤਮਾ ਨੂੰ ਅੰਦਰ ਲਿਆਉਣ ਦਾ ਤੁਹਾਡੇ ਹੱਥ ਵਿੱਚ ਕੋਈ ਬਲ ਨਹੀਂ ਹੈ, ਲੇਕਿਨ ਉਹਨੂੰ ਬਾਹਰ ਰੋਕਣ 'ਚ ਤੁਸੀਂ ਸਮਰੱਥ ਹੋ। ਤੁਸੀਂ ਦਰਵਾਜ਼ਾ ਬੰਦ ਰੱਖ ਸਕਦੇ ਹੋ। ਅਤੇ ਪਰਮਾਤਮਾ ਹਮਲਾਵਰ ਨਹੀਂ ਹੈ ਕਿ ਤੁਹਾਡੇ ਦਰਵਾਜ਼ੇ ਨੂੰ ਤੋੜ ਕੇ ਅੰਦਰ ਆ ਜਾਏ। ਉਹ ਉਡੀਕ ਕਰੇਗਾ, ਬਾਹਰ ਪੌੜੀਆਂ 'ਤੇ ਬੈਠਾ ਰਹੇਗਾ ਕਿ ਜਦ ਤੁਸੀਂ ਦਰਵਾਜ਼ਾ ਖੋਲ੍ਹੋਗੇ ਤਦ ਠੀਕ ਹੈ, ਅਤੇ ਤੁਸੀਂ ਜਨਮਾਂ ਤੀਕ ਬੈਠੇ ਰਹਿ ਸਕਦੇ ਹੋ ਅੰਦਰ। ਸੋ ਦਰਵਾਜ਼ਾ ਖੁੱਲ੍ਹਾ ਰੱਖਣਾ, ਤੁਹਾਡੇ ਦਰਵਾਜ਼ੇ ਖੋਲ੍ਹਣ 'ਤੇ ਉਹ ਅੰਦਰ ਆ ਹੀ ਜਾਏਗਾ। ਅਜਿਹਾ ਨਹੀਂ ਹੈ ਪਰ ਤੁਹਾਡਾ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਅੰਦਰ ਆਉਣ ਦੀ ਸੰਭਾਵਨਾ ਹੈ। ਲੇਕਿਨ ਦਰਵਾਜ਼ਾ ਖੋਲ੍ਹ ਕੇ ਇਹ ਨਾ ਕਹਿਣਾ ਕਿ ਦਰਵਾਜ਼ਾ ਖੋਲ੍ਹ ਦਿੱਤਾ ਹੈ, ਅਜੇ ਤੱਕ ਤਾਂ ਆਇਆ ਨਹੀਂ। ਸਿਰਫ ਸੰਭਾਵਨਾ ਨੂੰ ਕਿ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਵਾਪਸ ਨਹੀਂ ਮੁੜੇਗਾ। ਸਿਰਫ ਸੰਭਾਵਨਾ ਹੈ ਕਿ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਉਹ ਵਾਪਸ ਨਹੀਂ ਮੁੜੇਗਾ, ਜਦ ਘੜੀ ਪੱਕ ਜਾਏਗੀ। ਅਤੇ ਬਿਨਾਂ ਪੱਕੇ ਕੁਝ ਨਹੀਂ ਹੁੰਦਾ। ਜਦ ਘੜੀ ਆ ਜਾਏਗੀ, ਤੁਹਾਡਾ ਦਰਵਾਜ਼ਾ ਖੁੱਲ੍ਹਾ ਹੋਏਗਾ ਅਤੇ ਉਹ ਤੁਹਾਡੇ ਦਰਵਾਜ਼ੇ 'ਤੇ ਹੀ ਹੋਏਗਾ। ਤੁਸੀਂ ਸਾਵੇਂ ਉਤਸੁਕ ਤਾਂਗਵਾਨ ਉਡੀਕ ਕਰ ਰਹੇ ਹੋਵੋਗੇ। ਜਦ ਤੁਹਾਡੀ ਉਡੀਕ ਪੂਰੀ ਹੋਏਗੀ, ਦਰਵਾਜ਼ਾ ਪੂਰਾ ਖੁੱਲ੍ਹਾ ਹੋਏਗਾ, ਘਟਨਾ ਵਾਪਰ ਜਾਏਗੀ। ਜੇ ਤੁਹਾਡਾ ਦਰਵਾਜ਼ਾ ਵੀ ਖੁੱਲ੍ਹਾ ਹੋਵੇ ਤਾਂ ਤੁਸੀਂ ਸੋਚਦੇ ਹੋਵੋ ਕਿ ਦਰਵਾਜ਼ਾ ਖੁੱਲ੍ਹਾ ਹੈ, ਪਰਮਾਤਮਾ ਨਹੀਂ ਆ ਰਿਹਾ, ਤਾਂ ਸਮਝਣਾ ਜਾਂ ਤਾਂ ਦਰਵਾਜ਼ਾ ਖੁੱਲ੍ਹਾ ਨਹੀਂ ਹੈ, ਜਾਂ ਤੁਸੀਂ ਸੁਪਨਾ ਦੇਖ ਰਹੇ ਹੋ। ਦਰਵਾਜ਼ਾ ਖੁੱਲ੍ਹਾ ਹੈ ਅਤੇ ਜਾਂ ਫਿਰ ਦਰਵਾਜ਼ਾ ਵੀ ਥੋੜ੍ਹਾ ਜਿਹਾ ਹੀ ਤੁਸੀਂ ਖੁੱਲ੍ਹਿਆ ਹੋਇਆ, ਤਾਂ ਵੀ ਤੁਸੀਂ ਤਾਂਗਵਾਨ ਨਹੀਂ ਹੋ, ਕਿਉਂ ਆ ਜਾਵੇ।
ਤਾਂ ਤੁਸੀਂ ਸ਼ਾਇਦ ਅੰਦਰ ਡਰੇ ਹੋਏ ਹੋ ਕਿ ਕਿਤੇ ਉਹ ਆ ਹੀ ਨਾ ਜਾਵੇ। ਅਸੀਂ ਡਰਦੇ ਹਾਂ ਕਿਉਂਕਿ ਜੇ ਉਹ ਆ ਜਾਏ ਜ਼ਿੰਦਗੀ ਵਿੱਚ ਤਾਂ ਤੁਹਾਡੀ ਜ਼ਿੰਦਗੀ ਉਹੀ ਨਹੀਂ ਰਹਿ ਜਾਏਗੀ, ਜੋ ਬਿਲਕੁਲ ਬਦਲ ਜਾਏਗੀ। ਲੋਕਾਂ ਵਿੱਚ ਇਉਂ ਹੋਇਆ ਸੀ ਕਿ ਇੱਕ ਬੁੱਧੀ ਭਿਕਸ਼ੂ 50 ਵਰ੍ਹਿਆਂ ਤੱਕ ਬੋਲਦਾ ਰਿਹਾ ਲੋਕਾਂ ਨਾਲ। ਉਹ ਗਿਆਨ ਨੂੰ ਪਹੁੰਚਿਆ ਹੋਇਆ ਸੀ, ਉਹਦੀ ਮੌਤ ਦਾ ਦਿਨ ਨੇੜੇ ਆ ਰਿਹਾ ਸੀ। ਉਹਨੇ ਕਿਹਾ ਕਿ ਮੈਂ ਤੁਹਾਨੂੰ ਇੰਨੇ ਦਿਨਾਂ ਤੋਂ ਸਮਝਾਉਂਦਾ ਰਿਹਾ, ਹੁਣ ਮੇਰੀ ਮੌਤ ਦਾ ਦਿਨ ਵੀ ਕਰੀਬ ਆ ਗਿਆ। ਮੈਂ ਤੁਹਾਨੂੰ ਸਮਝਾਇਆ ਹੈ ਕਿ ਕੀ ਕੁੜੇ ਕੀ ਕਰੋ ਕੀ ਕਰੋ, ਪਰ ਤੁਸੀਂ ਕੁਝ ਕਰਦੇ ਹੀ ਨਹੀਂ। ਸੋ ਮਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆਖਰੀ ਮੌਕਾ ਦਿੰਦਾ। ਹੁਣ ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਕੀ ਕਰੋ ਜਿਸ ਨਾਲ ਨਿਰਵਾਣ ਹਾਸਲ ਹੋ ਜਾਏ। ਹੁਣ ਮੈਂ ਤੁਹਾਤੋਂ ਪੁੱਛਦਾ ਕਿ ਤੁਹਾਡੇ ਵਿੱਚੋਂ ਕੋਈ ਨਿਰਵਾਣ ਲੈਣ ਦਾ ਚਾਹਵਨ ਹੈ ਤਾਂ ਮੈਂ ਦਿੰਦਾ, ਉਹ ਖੜ੍ਹਾ ਹੋ ਜਾਏ। ਉੱਥੇ ਹਜ਼ਾਰਾਂ ਲੋਕ ਜੋ ਉਹਦੇ ਸ਼ਿਸ਼ ਸਨ ਇਕੱਤਰ ਹੋਏ ਸਨ, ਮਰ ਰਿਹਾ ਸੀ ਉਹਨਾਂ ਦਾ ਗੁਰੂ, ਸਾਰੇ ਇੱਕ ਦੂਜੇ ਵੱਲ ਵੇਖਣ ਲੱਗੇ ਕਿ ਕੌਣ ਖੜ੍ਹਾ ਹੋਵੇ। ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਨਿਰਵਾਣ ਇਸ ਤਰ੍ਹਾਂ ਬਿਨਾਂ ਸੋਚੇ ਸਮਝੇ ਅਚਾਨਕ ਦੁਰਘਟਨਾ ਦੀ ਤਰ੍ਹਾਂ ਦਰਵਾਜ਼ੇ 'ਤੇ ਆ ਖੜ੍ਹਾ ਹੋਏਗਾ। ਸਿਰਫ ਇੱਕ ਬੰਦੇ ਨੇ ਹੱਥ ਖੜ੍ਹਾ ਕੀਤਾ, ਪਰ ਨਾਲ ਹੀ ਉਹਨੇ ਕਿਹਾ ਕਿ ਮੈਂ ਪਹਿਲਾਂ ਹੀ ਦੱਸ ਦਿਆਂ ਕਿ ਅਜੇ ਨਹੀਂ, ਅੱਜ ਨਹੀਂ, ਸਿਰਫ ਰਾਹ ਦੱਸ ਦਿਓ, ਕਦੇ ਲੋੜ ਪੈ ਜਾਂਦਾ ਹੈ। ਚਾਹੀਦਾ ਨਿਰਵਾਣ ਅਜੇ ਅਧੂਰੇ ਦੇ ਰੱਖੇ ਹਨ, ਪੂਰੀ ਤਰ੍ਹਾਂ ਕਰਨੇ ਨੇ। ਬੱਚਿਆਂ ਦੇ ਵਿਆਹ ਕਰਨੇ ਨੇ, ਪਤਨੀ ਬਿਮਾਰ ਪਈ ਹੈ ਅਜੇ ਨਹੀਂ ਕਰਨਾ, ਇੰਨੀ ਕਿਰਪਾ। ਪਰ ਇੰਨਾ ਮੈਂ ਕਹਿ ਦਿੰਦਾ ਕਿ ਇੱਕ ਦਿਨ ਚਾਹੀਦਾ ਜ਼ਰੂਰ ਹੈ ਨਿਰਵਾਣ। ਸੋ ਰਾਹ ਦੱਸ ਦਿਓ, ਜੇ ਤੁਹਾਨੂੰ ਪਰਮਾਤਮਾ ਅੱਜ ਹੀ ਮਿਲਦਾ ਹੋਵੇ ਹੁਣੇ ਅਤੇ ਇੱਥੇ, ਤਾਂ ਤੁਸੀਂ ਬੜੀ ਚਿੰਤਾ 'ਚ ਪੈ ਜਾਓਗੇ। ਇਸ ਤੋਂ ਘੜੀ ਪਰ ਪਹਿਲਾਂ ਤੁਸੀਂ ਚਿੰਤਾ 'ਚ ਸੀ ਕਿ ਪਰਮਾਤਮਾ ਕਿਵੇਂ ਮਿਲੇ, ਕਿਉਂਕਿ ਇੰਨੀ ਆਸਾਨੀ ਨਾਲ ਮਿਲਦਾ ਨਹੀਂ। ਤੁਸੀਂ ਆਰਾਮ ਨਾਲ ਚਿੰਤਾ ਕਰਨ ਦਾ ਮਜ਼ਾ ਲੈ ਸਕਦੇ ਹੋ, ਪਰ ਜੇ ਹੁਣੇ ਹੀ ਇੱਥੇ ਹੀ ਮਿਲਦਾ ਹੋਵੇ ਤਾਂ ਤੁਸੀਂ ਦੂਜੀ ਚਿੰਤਾ 'ਚ ਪੈ ਜਾਓਗੇ ਕਿ ਫਸੇ ਹੁਣ ਘਰ ਕਿਵੇਂ ਵਾਪਸ ਮੁੜੀਏ। ਅਤੇ ਜੇ ਪਰਮਾਤਮਾ ਮਿਲ ਜਾਏ ਤਾਂ ਉਹ ਜੋ ਪਿੱਛੇ ਛੱਡ ਆਇਆ ਜੰਜਾਲ, ਉਹ ਫਿਰ ਕੌਣ ਪੂਰਾ ਕਰੇਗਾ? ਅਤੇ ਉਹ ਜੰਜਾਲ ਤੁਹਾਨੂੰ ਬੜਾ ਵੱਡਾ ਜਾਪਦਾ ਹੈ ਪਰਮਾਤਮਾ ਨਾਲੋਂ। ਤੁਸੀਂ ਉਹਨੂੰ ਹੀ ਚੁਣੋਗੇ। ਤੁਸੀਂ ਪਰਮਾਤਮਾ ਨੂੰ ਕਹੋਗੇ ਕਿ ਤੇਰੇ ਆਉਣ ਦੀ ਛੇਤੀ ਵੀ ਕੀ ਹੈ, ਇਹ ਵੀ ਸਦੀਵੀ ਮਾਮਲਾ ਹੈ, ਅਤੇ ਜਨਮੋ ਜਨਮ ਪਏ ਹੈ, ਕਦੇ ਵੀ ਪਾ ਲਵਾਂਗੇ, ਇੰਨੀ ਛੇਤੀ ਵੀ ਕੀ ਹੈ। ਲੇਕਿਨ ਉਹ ਸਾਰੇ ਕੰਮ ਤਾਂ ਸਦੀਵਤਾ ਦੇ ਨਹੀਂ ਹਨ, ਸਮੇਂ ਸਿਰ ਹੋ ਜਾਣ ਤਾਂ ਹੋ ਜਾਣ, ਨਹੀਂ ਤਾਂ ਖੁੰਝ ਗਏ ਤਾਂ ਖੁੰਝ ਗਏ। ਉਹਦੇ ਲਈ ਤਾਂ ਸਮੇਂ ਦੀ ਦੁਨੀਆ ਹੈ, ਅਤੇ ਤੂੰ ਤਾਂ ਸਦੀਵੀ ਹੈ, ਤੈਨੂੰ ਫਿਰ ਵੀ ਮਿਲ ਲਵਾਂਗੇ। ਇਸ ਲਈ ਤੁਹਾਡੇ ਯਤਨ ਦੀ ਇੰਨੀ ਕੁ ਲੋੜ ਤਾਂ ਹੈ, ਇੱਕ ਨਿਸ਼ੇਧ ਦੀ, ਇੱਕ ਨੈਗੇਟਿਵ ਨਕਾਰ ਦੀ, ਕਿ ਤੁਸੀਂ ਰੁਕਾਵਟ ਖੜੀ ਨਾ ਕਰਨਾ। ਇਹ ਅਸੀਂ ਜੋ ਇੱਥੇ ਧਿਆਨ ਦੇ ਪ੍ਰਯੋਗ ਕਰ ਰਹੇ ਹਾਂ, ਇਹ ਸਭ ਰੁਕਾਵਟਾਂ ਤੋੜਨ ਦੇ ਪ੍ਰਯੋਗ ਹਨ। ਸਾਰੀਆਂ ਵਿਧੀਆਂ ਰੁਕਾਵਟਾਂ ਤੋੜਨ ਦੀਆਂ ਹਨ, ਕੋਈ ਵਿਧੀ ਪਰਮਾਤਮਾ ਨੂੰ ਪਾਉਣ ਦੀ ਨਹੀਂ ਹੈ। ਪਰਮਾਤਮਾ ਕਿਸੇ ਵੀ ਵਿਧੀ ਨਾਲ ਪਾਇਆ ਨਹੀਂ ਜਾ ਸਕਦਾ, ਕਿਉਂਕਿ ਜੇ ਵਿਧੀ ਨਾਲ ਪਾ ਲਿਆ ਜਾਏ ਤਾਂ ਉਹ ਕੀ ਸਵਾਹ ਪਰਮਾਤਮਾ ਹੋਏਗਾ। ਕਿਸੇ ਵਿਧੀ ਨਾਲ ਪਰਮਾਤਮਾ ਨਹੀਂ ਪਾਇਆ ਜਾ ਸਕਦਾ, ਉਹ ਤਾਂ ਮਿਆਦ ਵਿੱਚ ਹੈ, ਮਿਆਦ 'ਚ ਹੀ ਪ੍ਰਗਟ ਹੁੰਦਾ ਹੈ। ਲੇਕਿਨ ਵਿਧੀਆਂ ਨਾਲ ਤੁਹਾਡੀਆਂ ਰੁਕਾਵਟਾਂ ਤੋੜੀਆਂ ਜਾ ਸਕਦੀਆਂ ਹਨ, ਦਰ ਦਰਵਾਜ਼ਿਆਂ ਦੇ ਤਾਲੇ ਤੋੜੇ ਜਾ ਸਕਦੇ ਹਨ, ਜੰਗ ਖਾਧੀਆਂ ਚਾਬੀਆਂ ਖੋ ਗਈਆਂ ਹਨ, ਕਿਉਂਕਿ ਉਹਨਾਂ ਨੂੰ ਬੰਦ ਕੀਤਿਆਂ ਪਤਾ ਨਹੀਂ ਕਿੰਨੇ ਜਨਮ ਹੋ ਗਏ ਹਨ। ਹੁਣ ਤਾਂ ਉਹ ਕੰਧਾਂ ਜਿਹੀਆਂ ਚਾਪਦੀਆਂ ਹਨ, ਦਰਵਾਜ਼ਾ ਹੈ ਉਹਦਾ ਵੀ ਪਤਾ ਨਹੀਂ ਲੱਗਦਾ, ਕਿਉਂਕਿ ਉਹਨਾਂ ਨੂੰ ਕਦੇ ਖੋਲਿਆ ਹੀ ਨਹੀਂ ਗਿਆ। ਉਹਦੀਆਂ ਚਾਬੀਆਂ ਤੁਸੀਂ ਸੁੱਟ ਆਏ ਹੋ ਅਜਿਹੀ ਥਾਂ ਕਿ ਤੁਸੀਂ ਵੀ ਲੱਭੋ ਤਾਂ ਨਾ ਮਿਲਣ, ਕਿਉਂਕਿ ਤੁਹਾਨੂੰ ਵੀ ਡਰ ਹੈ ਕਿ ਕਿਧਰੇ ਚਾਬੀ ਮਿਲ ਜਾਏ ਅਤੇ ਭੁੱਲ ਚੁੱਕ ਕੇ ਦਰਵਾਜ਼ਾ ਖੋਲ੍ਹ ਲਈਏ। ਸਾਰੀਆਂ ਵਿਧੀਆਂ ਨਕਾਰਾਤਮਕ ਹਨ, ਤੋੜਨ ਦੀਆਂ ਹਨ। ਲੋਕ ਮੈਥੋਂ ਪੁੱਛਦੇ ਹਨ ਕਿ ਅਜਿਹਾ ਕਿਵੇਂ ਹੋਏਗਾ ਕਿ ਜੇ ਕੋਈ 10 ਮਿੰਟ ਗਹਿਰੇ ਸਾਹ ਵੀ ਲਏ, ਨੱਚ ਵੀ ਲਏ, ਪਾਗਲ ਵਾਂਗ ਹੂ ਹੂ ਵੀ ਚਿੱਲਾ ਲਏ, ਕਿ ਇਸ ਨਾਲ ਪਰਮਾਤਮਾ ਮਿਲ ਜਾਏਗਾ? ਨਹੀਂ, ਇਸ ਨਾਲ ਪਰਮਾਤਮਾ ਨਹੀਂ ਮਿਲੇਗਾ। ਲੇਕਿਨ ਇਸ ਨਾਲ ਤੁਸੀਂ ਟੁੱਟੋਗੇ ਅਤੇ ਤੁਸੀਂ ਟੁੱਟੋ, ਇਹ ਉਹਦੇ ਵਾਪਰਨ ਦੀ ਪਹਿਲੀ ਲਾਜ਼ਮਤਾ ਹੈ। ਇਸ ਨਾਲ ਤੁਸੀਂ ਟੁੱਟੋਗੇ, ਇਹ ਤੁਹਾਨੂੰ ਮਿਟਾਉਣ ਦਾ ਉਪਾਅ ਹੈ, ਉਹਨੂੰ ਪਾਉਣ ਦਾ ਨਹੀਂ। ਹਾਲਾਂਕਿ ਤੁਸੀਂ ਮਿਟੋ ਤਾਂ ਹੀ ਉਹ ਪਾਇਆ ਜਾਂਦਾ ਹੈ, ਇਹ ਲਾਜ਼ਮੀ ਹੈ। ਤੁਹਾਨੂੰ ਜੋ ਇਹ ਮੈਂ ਪਾਗਲ ਦੀ ਤਰ੍ਹਾਂ ਵਿਧੀਆਂ ਕਰਵਾ ਰਿਹਾ, ਇਹ ਤੁਹਾਨੂੰ ਮਿਟਾਉਣ ਦੇ ਲਈ ਹਨ। ਤੁਹਾਡੀ ਬੁੱਧੀਮਤਾ ਮਿਟੇ, ਤੁਹਾਡੀ ਸਮਝਦਾਰੀ ਮਿਟੇ, ਤੁਹਾਡਾ ਹੰਕਾਰ ਮਿਟੇ, ਤੁਹਾਡੀ ਜੜਤਾ ਮਿਟੇ। ਤੁਸੀਂ ਜੋ ਆਪਣੇ ਆਪ ਨੂੰ ਬਣਾ ਰੱਖਿਆ,
ਉਹ ਟੁੱਟੇ ਪਿਘਲ ਜਾਵੇ, ਤੁਸੀਂ ਖੋ ਜਾਓ, ਤੁਸੀਂ ਸਰਲ ਹੋ ਜਾਓ, ਤੁਹਾਡੇ ਦਰਵਾਜ਼ੇ ਖੁੱਲ੍ਹੇ ਹੋਣ ਤਾਂ ਕਿਸੇ ਦਿਨ ਠੀਕ ਘੜੀ 'ਚ ਉਹਦੀ ਆਮਦ ਹੋ ਜਾਂਦੀ ਹੈ। ਧੰਨਵਾਦ।